ਡੇਰਾ ਮੁਖੀ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਹਰ ਦਿਨ ਨਵੇਂ ਖੁਲਾਸੇ ਹੋ ਰਹੇ ਹਨ। ਗੁਰਮੀਤ ਰਾਮ ਰਹੀਮ ਦੇ ਡੇਰਾ ਤੋਂ ਹਰ ਦਿਨ ਕੁਝ ਨਾ ਕੁਝ ਮਿਲ ਰਿਹਾ ਹੈ। ਪੰਜਾਬ ਦੇ ਸੰਗਰੂਰ ਵਿੱਚ ਬਣੇ ਡੇਰਾ ਦੇ ਨਾਮ ਚਰਚਾ ਘਰ ਤੋਂ ਗ੍ਰੀਨ ਪੈਰਟ ਕਲਰ ਦੀ ਕਰੋੜਾਂ ਰੁਪਏ ਦੀ ਕੀਮਤ ਵਾਲੀ ਲਗਜ਼ਰੀ ਪਾਸ਼ ਕਾਰ ਚਰਚਾ ਵਿੱਚ ਆਈ ਸੀ। ਮੀਡੀਆ ਦੀ ਸੁਰਖੀ ਬਣਨ ਤੋਂ ਬਾਅਦ ਪੁਲਿਸ ਨੇ ਇਹਨੂੰ ਡੇਰੇ ਦੇ ਨਾਮ ਚਰਚਾ ਘਰ ਤੋਂ ਆਪਣੇ ਕਬਜ਼ੇ ਵਿੱਚ ਲਿਆ। ਡੇਰੇ ਦੇ ਵੱਲੋਂ ਦੀ ਹਜੇ ਗੱਡੀ ਦੇ ਕਾਗਜ਼ਾਤ ਨਹੀਂ ਦਿਖਾਏ ਗਏ ਹਨ। ਮਹਿੰਗੀ ਲਗਜ਼ਰੀ ਕਾਰ ਦੇ ਜਦ ਤੱਕ ਵੈਰੀਫਿਕੇਸ਼ਨ ਨਹੀਂ ਹੁੰਦੀ, ਇਹ ਸੰਗਰੂਰ ਥਾਣਾ ਸਦਰ ਵਿੱਚ ਰਹੇਗੀ। ਦੇਖੋ ਇਹ ਖਾਸ ਰਿਪੋਰਟ। ਉਹਦੇ ਮੱਦੇਨਜ਼ਰ ਉੱਥੇ ਇੱਕ ਕਾਇਨੀ ਪੌਰਸ਼ੇ ਗੱਡੀ ਦੀ ਕਾਇਨੀ ਗੱਡੀ ਹੈ, ਉਹਦਾ ਮਾਡਲ ਆਉਂਦਾ ਕਾਇਨੀ, ਉਹ ਅਸੀਂ ਪੁਜੈਸ਼ਨ 'ਚ ਲਈ ਹੈ ਫੋਰ ਵੈਰੀਫਿਕੇਸ਼ਨ। ਇੱਕ ਨਾਲ ਆਇਸ਼ਰ ਗੱਡੀ ਹੈ, ਫੋਰ ਵੀਲਰ ਆ, ਉਹਨੂੰ ਅਸੀਂ ਕਿਉਂਕਿ ਉਹਨਾਂ ਨੇ ਸਾਨੂੰ ਕੋਈ ਕਾਗਜ਼ ਪੱਤਰ ਨਹੀਂ ਦਿਖਾਏ ਹੈਗੇ ਉਹਦੇ, ਉਹ ਵੈਰੀਫਿਕੇਸ਼ਨ ਲਈ ਅਸੀਂ 102 CRPC ਤਹਿਤ ਸਾਨੂੰ ਅਖਤਿਆਰ ਹਨ, ਉਹਦੇ ਤਹਿਤ ਅਸੀਂ ਪੁਜੈਸ਼ਨ 'ਚ ਲਈਆਂ ਫੋਰ ਵੈਰੀਫਿਕੇਸ਼ਨ। ਕਿੱਥੋਂ ਦੀ ਗੱਡੀ ਹੈ ਜੀ, ਕਿਹਦੇ ਨਾਮ 'ਤੇ ਰਜਿਸਟਰਡ ਹੈ ਜੀ? ਇਹੀ ਉਹਨਾਂ ਕੋਲੋਂ ਡਾਕੂਮੈਂਟ ਮੰਗਵਾਏ ਹੈਗੇ ਆ, ਡਾਕੂਮੈਂਟ ਆ ਜੀ ਉਹ ਸਾਨੂੰ ਉਹਨਾਂ ਨੇ ਪੇਸ਼ ਨਹੀਂ ਕੀਤੇ ਹੈਗੇ। ਉਹ ਕਹਿੰਦੇ ਜੀ ਉੱਥੇ ਡੇਰੇ ਤੋਂ ਅਸੀਂ ਤੁਹਾਨੂੰ ਲਿਆ ਕੇ ਦਿਖਾਵਾਂਗੇ, ਜਦੋਂ ਆਉਣਗੇ ਉਹਦੇ ਅਕੋਰਡਿੰਗਲੀ ਕਾਰਵਾਈ ਕਰਾਂਗੇ। ਸੰਗਰੂਰ ਤੋਂ ਟੋਨੀ ਸ਼ਰਮਾ ਦੀ ਰਿਪੋਰਟ, ਚੈਨਲ 2।